ਜੰਡਿਆਲਾ ਗਰੁੱਪ ਦੇ ਵਿਚ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਣੀ ਅਤੇ ਹੋਰ ਸਰਕਾਰੀ ਵਿਭਾਗ ਅਤੇ ਸਰਕਾਰ ਅਤੇ ਪੁਰਾਤੱਤਵ ਵਿਰਸਾ AS ਜੈਨ ਸਕੂਲ ਦੇ ਵਿਚ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ। ਇੱਥੇ ਵੱਖ ਵੱਖ ਬਰਤਨਾਂ ਦੀ ਆਰਟ ਗੈਲਰੀ ਲਗਾਈ ਗਈ ਜੋ ਕਿ ਜੰਡਿਆਲਾ ਗੁਰੂ ਸ਼ਹਿਰ ਦੇ ਬਰਤਨ ਬਣਾਉਣ ਵਾਲਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਤਸ਼ਾਹਿਤ ਕਰਨ ਦੇ ਲਈ ਯੂਨੈਸਕੋ ਦੇ ਵੱਲੋਂ ਮਾਨਤਾ ਦਿੱਤੀ ਗਈ ਹੈ, ਪਰ ਇਸ ਮੌਕੇ ਦੇ ਉੱਤੇ ਕਵਰੇਜ ਕਰ ਰਹੇ ਪੱਤਰਕਾਰਾਂ ਦੇ ਨਾਲ ਦੁਰਵਿਵਹਾਰ ਕੀਤਾ ਗਿਆ। ਦਰਅਸਲ ਪ੍ਰੋਗਰਾਮ ਵਿਸ਼ੇਸ਼ ਤੌਰ ਦੇ ਉੱਤੇ ਬਰਤਨ ਬਣਾਉਣ ਵਾਲਿਆਂ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਸੀ, ਪਰ ਇੱਥੇ ਕਾਂਗਰਸੀ ਆਗੂ ਸੈਲਫੀ ਲੈਣ ਦੇ ਵਿਚ ਇੰਨੇ ਵਿਅਸਤ ਨਜ਼ਰ ਆਏ ਕਿ ਮੀਡੀਆ ਨੂੰ ਅੱਗੇ ਨਹੀਂ ਆਉਣ ਦਿੱਤਾ। ਇਸ ਪ੍ਰੋਗਰਾਮ ਦੇ ਵਿਚ ਭੀੜ ਇੰਨੀ ਜ਼ਿਆਦਾ ਸੀ ਕਿ ਪੱਤਰਕਾਰਾਂ ਦੇ ਲਈ ਬੈਠਣਾ ਤਾਂ ਦੂਰ ਦੀ ਗੱਲ ਹੈ, ਖੜੇ ਹੋਣ ਦੇ ਲਈ ਜਗ੍ਹਾ ਵੀ ਨਹੀਂ ਸੀ ਅਤੇ ਕੁਝ ਪੱਤਰਕਾਰਾਂ ਨੂੰ ਤਾਂ ਪੁਲਿਸ ਕਰਮੀਆਂ ਨੇ ਅੰਦਰ ਤੱਕ ਨਹੀਂ ਆਉਣ ਦਿੱਤਾ, ਜਿਸ ਦੇ ਕਾਰਨ ਪੱਤਰਕਾਰਾਂ ਨੇ ਚੱਲਦੇ ਪ੍ਰੋਗਰਾਮ ਦੇ ਵਿਚ ਨਵਜੋਤ ਸਿੰਘ ਸਿੱਧੂ ਅਤੇ ਪ੍ਰਸ਼ਾਸਨ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ ਅਤੇ ਉਥੋਂ ਵਾਪਿਸ ਆ ਗਏ। ਜਦ ਨਵਜੋਤ ਸਿੰਘ ਸਿੱਧੂ ਬਾਹਰ ਆਏ ਤਾਂ ਮੀਡੀਆ ਨੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ, ਪਰ ਜਦੋਂ ਨਵਜੋਤ ਸਿੰਘ ਸਿੱਧੂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜੇਕਰ ਕਿਸੇ ਤੋਂ ਕੋਈ ਗਲਤੀ ਹੋਈ ਹੈ ਤਾਂ ਉਹ ਮਾਫੀ ਮੰਗਦੇ ਨੇ। ਦੇਖੋ, ਮੈਂ ਪੰਜਾਬ ਪ੍ਰਧਾਨ ਪੱਤਰਕਾਰ ਯੂਨੀਅਨ ਦੇ ਕੁਲਜੀਤ ਸਿੰਘ, ਮੈਂ ਇਹ ਜਾਣਨਾ ਚਾਹੁੰਦਾ ਕਿ ਜਦੋਂ ਮੀਡੀਆ ਨੂੰ ਇੱਥੇ ਪਹਿਲਾਂ ਸੱਦਿਆ ਗਿਆ ਸੀ, ਮੀਡੀਆ ਨੇ ਕਹਿੰਦੇ ਉਹਨਾਂ ਪ੍ਰਸ਼ਾਸਨ ਨਾਲ ਜਿਹੜੇ ਇੱਥੋਂ ਦੇ ਪ੍ਰਬੰਧਕ ਹੈ ਕੁਰਸੀਆਂ ਲਗਾਈਆਂ ਗਈਆਂ ਸੀ, ਹੁਣ ਜਦੋਂ ਪ੍ਰੋਗਰਾਮ ਚੱਲਿਆ ਕੋਈ ਕੁਰਸੀ ਨਹੀਂ, ਪੱਤਰਕਾਰਾਂ ਨੂੰ ਧੱਕੇ ਉਲਟਾ ਖਾਣੇ ਪਏ, ਜਦਕਿ ਮੀਡੀਆ ਨੇ ਕਵਰ ਕਰਕੇ ਸਾਰੇ ਲੋਕਾਂ ਨੂੰ ਬਚਾਉਣਾ ਸੀ। ਮੀਡੀਆ ਨੂੰ ਇਹਨਾਂ ਨੇ ਅੱਖੋਂ ਉਹਦੇ ਕਰ ਰਹੇ ਆ ਅਤੇ ਇਹ ਜਿਹੜੀ ਮੀਡੀਆ ਨੇ ਬਹੁਤ ਧੱਕੇਸ਼ਾਹੀ ਹੋ ਰਹੀ ਹੈ। ਮੈਂ ਜਿਹੜੇ ਪ੍ਰਸ਼ਾਸਨ ਕੋਲ ਅਤੇ ਸਰਕਾਰ ਕੋਲ ਮੰਗ ਕਰਦਾ, ਜੇਕਰ ਇਹੋ ਜਿਹੀ ਧੱਕੇ ਰਹੀ ਤਾਂ ਸਾਡੇ ਜਿਹੜੇ ਆਉਣ ਵਾਲੇ ਸਮੇਂ ਜਿੰਨੇ ਸਰਕਾਰੀ ਪ੍ਰੋਗਰਾਮ ਆ, ਚਾਹੇ ਹਲਕਾ ਵਿਧਾਇਕ ਜੀ, ਹੁਣ ਸਾਰੇ ਬਾਈਕਾਟ ਕੀਤੇ ਜਾਣਗੇ। ਆਪਣਾ ਮੰਤਰੀ ਨਵਜੋਤ ਸਿੰਘ ਸਿੱਧੂ ਜੀ ਆਏ ਸੀ ਐਗਜੀਬਿਸ਼ਨ ਦੇ ਵਿੱਚ ਅਤੇ ਜਿੱਥੇ ਪ੍ਰੈਸ ਨੂੰ ਚੌਥਾ ਥੰਮ ਕਿਹਾ ਗਿਆ ਵਾ, ਅੱਜ ਬੜੀ ਯਾਨੀ ਕਿ ਘਟਨਾ ਹੋਈ ਹੈ ਵੀ ਇੱਥੇ ਜਿਹੜੀ ਪ੍ਰੈਸ ਨੂੰ ਇਹਨਾਂ ਨੇ ਬਿਲਕੁਲ ਹੀ ਕੋਈ ਵੀ ਜਗ੍ਹਾ ਨਹੀਂ, ਕੁਛ ਨਹੀਂ, ਕੋਈ ਕੁਰਸੀ ਦਾ ਇੰਤਜ਼ਾਮ ਨਹੀਂ, ਇੱਥੋਂ ਤੱਕ ਇਹਨਾਂ ਨੂੰ ਸਿਰਫ ਧੱਕੇ ਹੀ ਪਏ ਆ। ਇਹੋ ਯਾਨੀ ਕਿ ਹਰ ਖਬਰ ਹਰ ਚੀਜ਼ ਨੂੰ ਉੱਪਰ ਤਾਂ ਲਿਆਉਣ ਵਾਲੀ ਆ ਪ੍ਰੈਸ, ਅਤੇ ਪ੍ਰੈਸ ਨੂੰ ਹੀ ਅੱਜ ਕੱਲ੍ਹ ਪਿੱਛੇ ਪਾਇਆ ਜਾ ਰਿਹਾ ਅਤੇ ਪ੍ਰਸ਼ਾਸਨ ਵੱਲੋਂ ਵੀ ਇਹ ਆ ਵੀ ਉਹਨਾਂ ਨੂੰ ਧੱਕੇ ਮਾਰੇ ਜਾ ਰਹੇ, ਕੋਈ ਸਰਕਾਰੀ ਅਫਸਰ ਇਹ ਨਾਲ ਕੋਈ ਧਿਆਨ ਨਹੀਂ ਦੇ ਰਿਹਾ, ਅਤੇ ਜਿਨ੍ਹਾਂ ਨੇ ਖੁਦ ਇਹ ਪ੍ਰਬੰਧ ਕੀਤਾ ਸੀ ਆਪਣਾ ਇੱਥੋਂ ਦਾ ਜੈਨ ਸਕੂਲ ਦਾ, ਅਤੇ ਇੱਥੇ ਕੋਈ ਚੇਅਰਸ ਵਗੈਰਾ ਨਹੀਂ ਲਗਾਈ ਗਈ ਪ੍ਰੈਸ ਵਾਸਤੇ, ਉਲਟਾ ਧੱਕੇ ਹੀ ਆ, ਅਤੇ ਅੱਜ ਪ੍ਰੈਸ ਸਾਰੀ ਨੇ ਇਕੱਠੇ ਹੋ ਗਏ, ਇਹਨਾਂ ਨੂੰ ਬਾਈਕਾਟ ਕੀਤਾ ਵਾ। ਪ੍ਰਸ਼ਾਸਨ ਅੱਗੇ ਵੀ ਇਹੋ ਮੰਗ ਰੱਖੀ ਆ ਵੀ ਆਉਣ ਵਾਲੇ ਟਾਈਮ 'ਚ ਜਿਹੜਾ ਵੀ ਇਲੈਕਸ਼ਨ ਦਾ ਜਾਂ ਕੋਈ ਵੀ ਉੱਪਰ ਲੈਵਲ 'ਚ ਸਰਕਾਰੀ ਕੋਈ ਵੀ ਨਿਊਜ਼ ਵਗੈਰਾ ਆਪਾਂ ਇੱਥੋਂ ਦੀ ਨਹੀਂ ਲਾਵਾਂਗੇ। ਸਰ, ਜਿਹੜਾ ਪ੍ਰੈਸ ਨਾਲ ਅੱਜ ਦੁਰਵਿਵਹਾਰ ਕੀਤਾ ਗਿਆ ਵਾ, ਕਿੰਨੇ ਪ੍ਰੈਸ ਨਾਲ ਤੁਸੀਂ ਸਰ ਪ੍ਰੈਸ ਨਾਲ ਸਰ ਸਾਰੇ ਪ੍ਰਸ਼ਾਸਨ ਹੋਇਆ ਆਪਣੇ ਆਪ ਇੰਪੋਰਟੈਂਸ ਤੁਸੀਂ ਆਪਣਾ ਸਿਲਸਿਲਾ ਬਣਾ ਕੇ ਬੈਠੇ ਰਹੋਗੇ ਤੇ ਇੱਡੀ ਵੱਡੀ ਚੀਜ਼ ਖਤਮ ਹੋ ਜਾਣੀ। ਸਰ, ਉਹੀ ਚੀਜ਼ ਹੈ ਕਹਿੰਦਾ, ਇੰਨਾ ਵੱਡਾ ਮੇਰੀ ਗੱਲ ਪੰਜਾਬ ਲੈਵਲ ਦਾ ਕੰਮ ਹੈ, ਇਹ ਪੰਜਾਬ ਲੈਵਲ ਦਾ ਨਹੀਂ, ਇੰਟਰਨੈਸ਼ਨਲ ਲੈਵਲ, ਇੰਟਰਨੈਸ਼ਨਲ ਯੂਨੈਸਕੋ, ਯੂਨੈਸਕੋ ਨੇ ਅਗਰ ਸਾਰੇ ਹਿੰਦੁਸਤਾਨ 'ਚ ਜਾਂ ਸਾਰੇ ਵਿਸ਼ਵ ਦੇ ਵਿੱਚ ਅਗਰ ਕਿਸੇ ਹੈਂਡੀਕ੍ਰਾਫਟ ਨੂੰ ਰੈਕੋਗਨਾਈਜ਼ ਕੀਤਾ ਤੇ ਉਹ ਜੰਡਿਆਲੇ ਗੁਰੂ ਦੇ ਠਠਿਆਰ ਨੇ, ਔਰ ਕਿਉਂਕਿ ਪੈਸੇ ਘੱਟ ਹੋਣ ਕਰਕੇ, ਮਸ਼ੀਨੀ ਯੁੱਗ ਹੋਣ ਕਰਕੇ ਇਹ ਜਿਹੜੇ ਠਠਿਆਰ ਵੀਰ ਨੇ ਇਹ ਲੁਪਤ ਹੁੰਦੇ ਜਾ ਰਹੇ ਸੀ, ਲਾਪਤਾ ਹੁੰਦੇ ਜਾ ਰਹੇ ਸੀਗੇ। ਇਸ ਕਰਕੇ ਮੈਂ
ਜਾਂ ਤੇ ਯਾਰ ਤੁਸੀਂ ਮੇਰੀ ਇੰਟਰਵਿਊ ਲੈ ਲਓ, ਜਾਂ ਤੁਸੀਂ ਮੇਰੀ ਇੰਟਰਵਿਊ ਲੈ ਲਓ, ਜਾਂ ਤੁਹਾਡੇ ਘਰੇ ਭਾਗ ਜਦੋਂ ਚੱਲ ਕੇ ਆਉਂਦੇ ਜਾਂ ਉਹਨਾਂ ਨੂੰ ਦੁਕਾਨ ਕਾਕਾ ਇੰਨਾ ਕੁ ਥੋੜਾ ਜਿਹਾ ਉਹ ਰੱਖੋ ਕਿ ਜਦੋਂ ਤੁਹਾਡੇ ਘਰੇ ਭਾਗ ਤੁਰ ਕੇ ਆਉਣ ਸਾਰੇ ਵਰਲਡ ਤੋਂ ਤੇ ਉਹਨਾਂ ਦਾ ਸਤਿਕਾਰ ਕਰ ਰਹੇ ਹੋ। ਮੈਂ 10 ਲੱਖ ਰੁਪਏ ਮੈਂ ਕਾਰਪਸ ਫੰਡ ਬਣਾ ਰਿਹਾ, ਇਹਨਾਂ ਦਾ ਹਰ ਸਾਲ 10 ਲੱਖ ਰੁਪਏ ਦਿਆ ਕਰੂੰਗਾ। 3 ਕਰੋੜ ਰੁਪਈਏ ਜਿਹੜਾ ਜੰਡਿਆਲੇ ਗੁਰੂ ਦਾ ਸੀਵੇਜ ਹੈ ਉਹਦੇ ਲਈ 3 ਕਰੋੜ ਰੁਪਈਏ ਤੁਹਾਨੂੰ ਦੇ ਕੇ ਜਾ ਰਿਹਾ, ਔਰ ਇਸ ਫੰਡ ਦਾ ਜਿਹੜਾ ਹੈਗਾ 10 ਲੱਖ 10 ਲੱਖ 10 ਲੱਖ ਜਦ ਤੱਕ ਮੈਂ ਰੁਪਈਏ ਦਿਆ ਕਰੂੰਗਾ। 3 ਕਰੋੜ ਰੁਪਈਏ ਜਿਹੜਾ ਜੰਡਿਆਲੇ ਗੁਰੂ ਦਾ ਸੀਵੇਜ ਹੈ ਉਹਦੇ ਲਈ 3 ਕਰੋੜ ਰੁਪਈਏ ਤੁਹਾਨੂੰ ਦੇ ਕੇ ਜਾ ਰਿਹਾ, ਔਰ ਇਸ ਫੰਡ ਦਾ ਜਿਹੜਾ ਹੈਗਾ 10 ਲੱਖ 10 ਲੱਖ 10 ਲੱਖ ਜਦ ਤੱਕ ਮੈਂ ਹੈਗਾ ਹਰ ਸਾਲ 10 ਲੱਖ ਪਾਊਂਗਾ। ਹਾਲਾਂਕਿ ਇਹਨਾਂ ਨੂੰ ਇੰਨੀ ਜ਼ਰੂਰਤ ਨਹੀਂ ਹੈ, ਜਿਹੜਾ ਰੋ ਮਟੀਰੀਅਲ ਹੈ ਠਠਿਆਰ ਵੀਰਾਂ ਦਾ ਉਹ ਪੂਰਾ ਕਰਨ ਲਈ ਡੈਪਟੀ ਕਮਿਸ਼ਨਰ ਦੇ ਅੰਡਰ ਇੱਕ ਕਾਰਪਸ ਫੰਡ 10 ਲੱਖ ਰੁਪਈਏ ਦਾ, ਇਸੇ ਸਾਲ ਮੈਂ 10 ਲੱਖ ਰੁਪਈਆ ਪਾ ਰਿਹਾ। ਤੁਹਾਡਾ 3 ਕਰੋੜ ਰੁਪਈਆ ਸੀਵਰੇਜ ਦਾ ਉਹ ਇਸੇ ਸਾਲ ਆ ਰਿਹਾ, ਹੁਣੇ ਆਊਗਾ ਵਿਦ ਇਨ 1 ਮੰਥ, 1 ਮਹੀਨੇ ਦੇ ਅੰਦਰ ਅੰਦਰ ਉਹ ਪਹੁੰਚੂਗਾ। ਬਾਕੀ ਹੋਰ ਜਿਹੜੀਆਂ ਵੀ ਜ਼ਰੂਰਤਾਂ ਨੇ ਇਹਨਾਂ ਠਠਿਆਰਾਂ ਦੀਆਂ ਅਸੀਂ ਪੂਰੀਆਂ ਕਰਾਂਗੇ। ਇਸ ਵਕਤ ਪਹਿਲੀ ਚੀਜ਼ ਜਿਹੜੀ ਹੈ ਟਾਊਨ ਹਾਲ ਅੰਮ੍ਰਿਤਸਰ ਦੇ ਵਿੱਚ ਇਹਨਾਂ ਦੇ ਪੁਨਰਜੀਵਿਤ ਹੋਣ ਤੋਂ ਬਾਅਦ ਦੁਕਾਨ ਖੋਲ੍ਹੀ ਜਾਊਗੀ ਫਰੀ ਆਫ ਕੋਸਟ, ਜਿੱਥੇ ਕਿ ਇਹ ਆਪਣਾ ਸਮਾਨ ਵੇਚ ਸਕਣ। ਇਹ ਬਹੁਤ ਵੱਡਾ ਉਪਰਾਲਾ ਹੈ। ਦੀਪਾ ਸਾਹੀ ਜੀ ਜਿਹੜੇ ਗੋਬਿੰਦਗੜ੍ਹ ਫੋਰਟ ਚਲਾਉਂਦੇ ਆ, ਗੋਬਿੰਦਗੜ੍ਹ ਫੋਰਟ ਦੇ ਵਿੱਚ ਵੀ ਇਹ